ਸਿੱਖਿਆ ਮੰਤਰੀ ਵਿਜੇਂਦਰ ਸਿੰਗਲਾ ਦਾ ਵਿਵਾਦਤ ਬਿਆਨ, ਕਿਹਾ ਅਧਿਆਪਕਾਂ ਦੀ ਭਰਤੀ ਕਰਨੀ ਸਰਕਾਰ ਦੀ ਮਰਜ਼ੀ, ਕੋਰਟ ਦਾ ਹੁਕਮ ਮੰਨਣਾ ਸਰਕਾਰਾਂ 'ਤੇ ਨਿਰਭਰ। 5178 ਅਧਿਆਪਕਾਂ ਨਾਲ ਚੱਲ ਰਹੀ ਸੀ ਗੱਲਬਾਤ, ਵੀਡੀਓ ਹੋਇਆ ਵਾਇਰਲ। ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਸਾਬਕਾ ਕੇਂਦਰੀ ਮੰਤਰੀ ਪੀ ਚਿਦੰਬਰਮ, ਕਿਹਾ 10 ਸਾਲ ਬਾਅਦ ਹਰਿਮੰਦਰ ਸਾਹਿਬ ਆਇਆ। ਪੀ ਚਿਦੰਬਰਮ ਨੇ ਮੀਡੀਆ ਤੋਂ ਬਣਾਈ ਰੱਖੀ ਦੂਰੀ, ਮੀਡੀਆ ਦੇ ਕਿਸੇ ਵੀ ਸਵਾਲ ਦਾ ਨਹੀਂ ਦਿੱਤਾ ਜਵਾਬ। ਐਸਜੀਪੀਸੀ ਦਾ 4 ਮੈਂਬਰੀ ਵਫਦ ਪੁੱਜਿਆ ਪਾਕਿਸਤਾਨ। ਐਸਜੀਪੀਸੀ ਦੇ ਮੁੱਖ ਸਕੱਤਰ ਡਾਕਟਰ ਰੂਪ ਸਿੰਘ ਕਰ ਰਹੇ ਨੇ ਵਫਦ ਦੀ ਅਗਵਾਈ। 550ਵੇਂ ਪ੍ਰਕਾਸ਼ ਪੁਰਬ ਲਈ 1 ਅਗਸਤ ਨੂੰ ਨਨਕਾਣਾ ਸਾਹਿਬ ਤੋਂ ਚੱਲਣ ਵਾਲੇ ਨਗਰ ਕੀਰਤਨ ਦੀਆਂ ਤਿਆਰੀਆਂ ਦਾ ਲਿਆ ਜਾਏਗਾ ਜਾਇਜ਼ਾ। ਪੰਜਾਬ ਪੁਲਿਸ ਦਾ ਨਸ਼ਿਆਂ ਖਿਲਾਫ਼ ਸਰਚ ਆਪਰੇਸ਼ਨ ਜਾਰੀ। ਮੁਕਤਸਰ ਦੇ ਵਿੱਚ ਸ਼ਰਾਬ ਠੇਕੇਦਾਰ ਦੇ ਘਰ ਕੀਤੀ ਛਾਪਾਮਾਰੀ। ਛਾਪਾਮਾਰੀ ਦੌਰਾਨ 60 ਕਿਲੋ ਚੂਰਾ ਪੋਸਤ ਬਰਾਮਦ। ਮੁਲਜ਼ਮ ਖਿਲਾਫ਼ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ। ਸਰਕਾਰੀ ਰੋਕ ਦੇ ਬਾਵਜੂਦ ਵੀ ਨਵਾਂ ਸ਼ਹਿਰ ਦੇ ਵਿੱਚ ਮਾਈਨਿੰਗ ਮਾਫੀਆ ਸਰਗਰਮ। ਸਤਲੁਜ ਦਰਿਆ ਦੇ ਨਾਲ ਲੱਗਦੇ ਖੇਤਾਂ ਦੇ ਵਿੱਚ ਹੋ ਰਹੀ ਹੈ ਨਾਜਾਇਜ਼ ਮਾਈਨਿੰਗ। ਲੋਕਾਂ ਨੇ ਕੀਤਾ ਵਿਰੋਧ, ਮਾਈਨਿੰਗ ਮਾਫੀਆ ਵਿਰੁੱਧ ਲਾਇਆ ਧਰਨਾ। ਮੌਕੇ ਤੋਂ ਫਰਾਰ ਹੋਇਆ ਮਾਈਨਿੰਗ ਮਾਫੀਆ ਦੇ ਲੋਕ। ਸ੍ਰੀਨਗਰ ਦੇ ਵਿੱਚ ਗੁਰਦਾਸਪੁਰ ਦੇ ਪੱਬਾਂ ਰਾਲੀ ਦਾ ਜਵਾਨ ਸ਼ਹੀਦ। ਪਾਕਿਸਤਾਨ ਫੌਜ ਦੀ ਗੋਲੀ ਨਾਲ ਹੋਇਆ ਸ਼ਹੀਦ। ਕਰੀਬ 4 ਸਾਲ ਪਹਿਲਾਂ ਫੌਜ ਦੇ ਵਿੱਚ ਭਰਤੀ ਹੋਇਆ ਸੀ ਰਜਿੰਦਰ ਸਿੰਘ। ਥੋੜ੍ਹੀ ਮ੍ਰਿਤਕ ਦੇ ਪੁੱਜੀ ਪਿੰਡ।